ਸਲਮਾਨ ਸਰਵਰ ਦੀ ਚਾਪਰ ਆ 21 ਮਾਡਲ। ਚਾਪਰ ਆ ਜੀ ਸਲਮਾਨ ਸਰਵਰ ਵਾਲਿਆਂ ਦੀ, ਹਾਫਸਾਬਾਦ ਇੰਡਸਟਰੀ ਵਾਲਿਆਂ ਦੀ। ਉੱਥੇ ਹਾਫਸਾਬਾਦ ਸਾਡੇ ਏਰੀਏ ਦੇ ਵਿੱਚ ਕਾਫੀ ਚਾਪਰਾਂ ਤਿਆਰ ਹੁੰਦੀਆਂ ਨੇ। ਦੋ ਚਾਪਰਾਂ ਵਾ 21 ਔਰ 22 ਮਾਡਲ। ਇਹ 22 ਮਾਡਲ ਆ ਤਫੈਲ ਦੀ, ਇਹ 21 ਮਾਡਲ ਆ। ਇਹਨੂੰ ਕੋਈ ਟੁੱਟ ਭੱਜ ਤਾਂ ਨਹੀਂ ਨਾ ਹੈਗੀ ਕਿਸੇ ਕਿਸਮ ਦੀ? ਹੈਂ ਨਹੀਂ। ਅਲੀਕਾਂ ਵਗੈਰਾ ਕਿਸੇ ਕਿਸਮ ਦੀ ਨਹੀਂ ਇਹਨਾਂ ਨੂੰ ਹੈ, ਖਲੋਤੀਆਂ ਵੀ ਛੱਤ ਦੇ ਥੱਲੇ ਨੇ। ਦੂਸਰੀ ਹੈਗੀ ਹੈ ਜੀ ਇਹ 22 ਮਾਡਲ। ਟੁੱਟ ਭੱਜ ਨਹੀਂ ਹੈ, ਚਲਾਈ ਚਲੂਈ ਦੇ ਵਿੱਚ ਚੰਗੀ ਆ, ਕਿਸੇ ਕਿਸਮ ਦੀ ਕੋਈ ਵੈਲਡ ਵਗੈਰਾ ਨਹੀਂ ਹੋਈ। ਨੌ ਲੱਖ ਦੀਆਂ ਦੋਵੇਂ ਹੈਂ, ਇੱਕ 9 ਲੱਖ ਦੀ, ਇੱਕ ਚਾਪਰ ਇਹਨਾਂ ਦੇ ਵਿੱਚੋਂ ਮਿਲੇਗੀ 9 ਲੱਖ ਰੁਪਈਏ ਦੀ। ਉਹ ਲੈ ਲਓ ਚਾਹੇ ਤਫੈਲ ਵਾਲਿਆਂ ਦੀ ਲੈ ਲਓ। ਜੀ ਅਸਲਾਮ ਵਾਲੇਕਮ, 385 ਲੈ ਕੇ ਆਇਆ 20 ਮਾਡਲ ਟਰੈਕਟਰ ਆ। ਲੋਕੇਸ਼ਨ ਇਹਦੀ ਹੈਗੀ ਆ ਜ਼ਿਲ੍ਹਾ ਸ਼ੇਖਪੁਰਾ, ਤਹਿਸੀਲ ਮੰਡੀ ਸਫਦਰਾਬਾਦ ਦੀ। ਜਰਨਲ ਦੇ ਨੂੰ ਟਾਇਰ ਆ, ਪਹਿਲੇ ਰੀਜਨਲ ਕੱਦੂ 'ਚ ਨਹੀਂ ਵੜਿਆ ਟਰੈਕਟਰ ਅਜੇ ਤੱਕ। ਇਹਦੇ ਆ ਨਿੱਪਲ ਦੱਸਣ ਡੇ ਵੀ ਕੱਦੂ 'ਚ ਨਹੀਂ ਟਰੈਕਟਰ ਵੜਿਆ। ਇਹ ਟਾਇਰ ਦੇਖ ਲਓ ਜੀ, ਬੇਦਾਗ, ਕਿਸੇ ਕਿਸਮ ਦਾ ਦਾਗ ਵਗੈਰਾ ਨਹੀਂ ਇਹਨੂੰ ਹੈਗਾ। ਇਹ ਸ਼ੋਅ ਦਾ ਮਗਰਾ ਟੁੱਟਾ ਇੱਥੋਂ। ਜੋੜ ਜੱਕਾ ਇਹਦਾ ਚੰਗਾ ਵਾ, ਪਰ ਖੁੱਲਿਆ ਪੱਟਿਆ ਹੈ, ਬੰਦ ਨਹੀਂ। ਇਹਦੇ ਉੱਤੋਂ ਧਾਮਾਂ ਅਤੇ ਹੋਰ ਕੀ ਲਾਉਣਾ ਸੀ? ਟੇਪ। ਅੱਛਾ ਟੇਪ, ਅਤੇ ਇਹ ਜਿਹੜਾ ਸਪੀਕਰ ਜਿਹਾ ਲੱਗਾ ਇਹ ਲੈ ਜਾਣਾ, ਅਤੇ ਅਸੈਂਬਲੀ ਇਹਦੀ ਟਿੱਕੀ ਨਾਲ ਮਿਲੇਗੀ ਤੁਹਾਨੂੰ। ਆ ਡੈਸ਼ਬੋਰਡ ਠੀਕ ਆ, ਚੱਲੇ ਚੁੱਲੇ ਨੂੰ ਹੁਣ ਕਰਨਾ ਟਾਇਰ 'ਤੇ, ਅੱਧੇ ਟਾਇਰ ਆ ਇਹਦੇ। 13.5 ਨੇ ਰੰਗ ਆ, ਉੱਤੋਂ ਸ਼ੋਅ ਦਾ ਅਤੇ 14 ਨੇ ਪੂਰਾ ਵਾ, ਆ ਥੱਲਿਓ ਵੀ 14 ਨੇ, ਲੇਕਿਨ ਟਾਇਰਾਂ ਵੱਲੋਂ ਘੱਟ ਆ। ਨੰਬਰ ਨਹੀਂ ਨਾ ਲੱਗਾ ਇਹਨੂੰ। ਹੈਂ ਕੀ ਆਨਾ?
ਹਾਂ, ਇਹਦੀ ਬੈਕ ਸਾਈਡ ਆ ਜਿਹਦੇ ਨਾਲ ਹੁੱਕ ਨਹੀਂ ਹੈ, ਛੱਤ ਇਕੱਲੀ ਨਾਲ ਮਿਲੇਗੀ ਸਿਰਫ। ਹੁੱਕੇ ਦੇ ਲਾ ਲਈਏ ਕੀ ਚੱਕਰ ਇਹਦਾ? ਆ ਪਿੱਛੇ ਜੰਗਾਲ ਜਿਹਾ ਪਿਆ, ਹੁੱਕ ਲੱਥੀ ਜਾਣਾ। ਇਹ ਜਦੋਂ ਟਰੈਕਟਰ ਜ਼ਿਮੀਦਾਰ ਹੋਵੇ ਜਾਂ ਕੋਈ ਡੀਲਰ ਹੋਵੇ, ਜਿਹੜਾ ਵੀ ਮੇਰਾ ਵੀਡੀਓ ਦੇਖਣ ਆ, ਇਹ ਹੁੱਕ ਸਮਾਨ ਤਾਰ ਲੈਂਦੇ ਜੇ। 25,000 ਰੁਪਈਏ ਦੀ ਹੁੱਕ ਆ, 24 ਦੀ ਵੀ ਮਿਲ ਜਾਂਦੀ ਜਿਹੜਾ ਓਰਿਜਨਲ ਇਹਦਾ ਰੇਟ ਆ। ਅਤੇ ਲੱਖਾਂ ਰੁਪਈਆਂ ਦਾ ਟਰੈਕਟਰ ਆ, 30-40 ਲੱਖ ਰੁਪਈਏ ਦਾ ਟਰੈਕਟਰ ਆ, ਅਤੇ 25,000 ਰੁਪਈਏ ਦੀ ਹੁੱਕ ਆ, ਤੁਸੀਂ ਉਹ ਵੀ ਲਾ ਲੈਂਦੇ ਲੋਕ। ਅਤੇ ਜਦੋਂ ਚੀਜ਼ ਵੇਚਣੀ ਹੋਵੇ, ਜਿਹੜਾ ਉਹਨੂੰ ਸਮਾਨ ਲੱਗਾ ਹੋਵੇ, ਕਈ ਤਾਂ ਬੰਦੇ ਗੱਲ ਕਰ ਲੈਂਦੇ ਨੇ। ਇਹ ਹੁਣ ਜਿਸ ਤਰ੍ਹਾਂ ਲੱਥੀ ਪਈ ਆ, ਇਸ ਤਰ੍ਹਾਂ ਜਾਂ ਤਾਂ ਲਾ ਲਿਆ ਕਰੋ, ਅਤੇ ਜਦੋਂ ਸੌਦਾ ਹੋ ਜਾਂਦਾ ਫਿਰ ਤੁਸੀਂ ਵਿੱਚ ਕਈ ਬੰਦੇ ਨਾਲ ਢੁੱਚਾ ਡਾ ਦਿੰਦੇ ਨੇ ਵੀ ਅਸੀਂ ਆਹ ਚੀਜ਼ ਲਾਉਣੀ, ਅਸੀਂ ਆਹ ਲਾਉਣੀ ਆ। ਦੇਖੋ ਨਾ ਹੁਣ ਟਰੈਕਟਰ ਇਹਨਾਂ ਸੇਲ ਕਰਨਾ, ਅਤੇ ਇਹਨਾਂ ਨੇ ਹੁੱਕ ਉਤਾਰੀ ਆ। ਇਹ ਹੁਣ ਛਾਤੇ ਦੇ ਨਾਲ ਜਿਹੜੀ ਲੱਗੀ ਆ, ਇਹ ਨਾਲ ਆਉਂਦੇ ਅਸੀਂ ਦੇਣੀ ਆ, ਜਿਹੜਾ ਸਪੀਕਰ ਜਿਹਾ ਲੱਗਾ ਜਾਂ ਟੇਪ ਲੱਗੀ ਹੈ ਉਹਨਾਂ ਤਾਰ ਲੈਣੀ। ਠੀਕ ਹੈ, ਅਤੇ ਰੰਗ ਪੇਂਟ ਇਹਦਾ ਵਾ ਆਪਣਾ, ਕੱਦੂ ਵਗੈਰਾ ਦੇ ਵਿੱਚ ਘੱਟ ਵੜਿਆ, ਜਿਹੜਾ ਖੋਭਾ ਕਹਿੰਦੇ ਨੇ ਗਾਰੇ ਵਗੈਰਾ ਦੇ ਵਿੱਚ ਮੂੰਜੀ ਲੱਗਦੀ ਹੈ ਨਾ, ਕਈ ਬੰਦੇ ਇਹਨੂੰ ਨਹੀਂ ਸਮਝਦੇ ਵੀ ਕਈ ਹੁੰਦਾ ਵਾ ਗਾਰੇ ਦੇ ਵਿੱਚ ਵੜੇ ਟਰੈਕਟਰ, ਅਤੇ ਉਹ ਨਾ ਲਿਬੜਿਆ ਹੁੰਦਾ ਨਾਟਕਾ ਵਾਲੇ ਜਿਹੜੇ ਨਾ, ਜਿਹੜੇ ਆ ਨਿੱਪਲ, ਇਹ ਜੰਗਾਲੇ ਵਗੈਰਾ ਜਾਂਦੇ ਨੇ। ਅਤੇ ਜਰਨਲ ਦੇ ਨੂੰ ਟਾਇਰ ਆ ਹੈ ਨੇ ਅੱਧੇ ਕੁ, 7 ਨੇ ਪੂਰੇ ਪੱਕੇ ਠਿੱਠੇ ਗਿਣ ਕੇ ਆਉਣਾ ਤੁਸੀਂ। ਇਹਦੀ ਕੰਡ ਆ ਜੀ, ਵੀਰੇ ਇਹਦਾ ਮੈਂ 26.5 ਲੱਖ ਰੁਪਈਆ ਲਾਇਆ ਜੇ, ਉਹਨੇ ਟਰੈਕਟਰ ਨਹੀਂ ਦਿੱਤਾ। ਅਗਰ ਕਿਸੇ ਦੇ ਵੀਰ ਦੀ ਸਮਝ 'ਚ ਆਉਂਦਾ, 28 ਲੱਖ ਰੁਪਈਏ ਦੇ ਵਿੱਚੋਂ ਕੋਈ 10-15-20 ਹਜ਼ਾਰ ਰੁਪਈਏ ਦੀ ਉਹ ਕਹਿੰਦੇ ਅਸੀਂ ਛੋਟ ਕਰਨੀ ਹੈ, ਇਸ ਤੋਂ ਜ਼ਿਆਦਾ ਨਹੀਂ। ਕਿਸੇ ਵੀਰ ਦੀ ਵੀ ਸਮਝ 'ਚ ਆਉਂਦਾ ਤਾਂ ਫਿਰ ਰਾਬਤਾ ਕਰਨਾ ਵਾ, ਅਗਰ ਨਾ ਆਵੇ ਤਾਂ ਫਜ਼ੂਲ ਨਾ ਆਪ ਤੰਗ ਹੋਵੋ, ਨਾ ਮੈਂ ਹੀ। ਮੇਰੀ ਜਿਹੜੀ ਕੀਮਤ ਹੁੰਦੀ ਹੈ ਨਾ, ਉਹ ਐਵੇਂ 19-20 ਦਾ ਫਰਕ ਹੁੰਦਾ, ਕੋਈ 10-20-30-40-50 ਹੱਦ 50,000 ਰੁਪਈਏ ਦਾ ਫਰਕ ਹੋਵੇ, ਇਸ ਤੋਂ ਜ਼ਿਆਦਾ ਨਹੀਂ ਹੁੰਦਾ। ਅਤੇ ਮਿਹਰਬਾਨੀ ਕਰਕੇ ਅਗਰ ਕਿਸੇ ਵੀਰ ਦੀ ਇਹ ਸਮਝ 'ਚ ਆਵੇ ਤਾਂ ਰਾਬਤਾ ਕਰ ਲਿਓ, ਅਗਰ ਨਾ ਆਵੇ ਤਾਂ ਫਜ਼ੂਲ ਐਵੇਂ ਬਹਿਸ ਜਾਂ ਕਿਸੇ ਇਹ ਇਹਨਾਂ ਦਾ ਮਾਲ ਆ, ਦੇਣ ਨਾ ਦੇਣ, ਤੁਹਾਡਾ ਦਿਲ ਮੁਤਮਿਨ ਹੋਵੇ ਲੈ ਲਓ, ਨਾ ਲੈ ਲਓ। ਇਹ ਨਾ ਥੋੜ੍ਹੇ ਜਿਹੇ ਮਸਲੇ ਮਸਾਇਲ ਜਿਹੜੇ ਨਿੱਕੇ ਮੋਟੇ, ਮੈਨੂੰ ਇਹ ਦੇਖੋ ਨਾ ਹੁਣ ਤੁਸੀਂ ਐਡੀ ਦੂਰੋਂ ਆਉਂਦੇ ਜੇ, ਤਾਂ ਮੇਰਾ ਕੰਮ ਆ ਵੀ ਤੁਹਾਨੂੰ ਉਹ ਚੀਜ਼ ਦੱਸ ਦੇਣੀ ਜਿਹੜੇ ਮੇਰੀ ਨੌਲੇਜ ਦੇ ਵਿੱਚ। ਅਗਰ ਕੁਛ ਚੀਜ਼ਾਂ ਰਹਿ ਜਾਂਦੀਆਂ ਨੇ, ਨਹੀਂ ਪਤਾ ਲੱਗਦਾ, ਤਾਂ ਉਹਦਾ ਮੈਂ ਮਾਦਰਤ ਖਾਂ। ਲੇਕਿਨ ਕੋਈ ਕਮੈਂਟ ਕਰਕੇ ਇਹ ਗੱਲ ਕਹਿ ਦੇ ਵੀ ਸਾਨੂੰ ਇਹਨੇ ਸੱਦਿਆ ਅਤੇ ਜਲੀਲ ਕੀਤਾ, ਜਿਹੜੀ ਗੱਲ ਦੱਸੀ ਸੱਦੀ ਨਹੀਂ ਦੱਸੀ, ਝੂਠੀ ਦੱਸੀ। ਆ ਇੰਨੇ ਲੋਕ ਵੀਡੀਓ, ਹੁਣ 4-5 ਹਜ਼ਾਰ ਬੰਦਾ ਵੀਡੀਓ ਦੇਖਣ ਡਿਆ, ਕੋਈ ਬੰਦਾ ਕਮੈਂਟ ਕਰਕੇ ਦੱਸ ਦੇ ਵੀ ਮੈਨੂੰ ਇਹਨੇ ਸਫ਼ਰ ਕਰਾਇਆ ਜਾਂ ਕਿਸੇ ਕਿਸਮ ਦਾ ਰੌਲਾ ਪਾਇਆ। ਮੈਂ ਸਿਰਫ ਵੀਰੇ ਉਹ ਕੰਮ ਕਰਦਾ ਜਿਹੜਾ ਸਿੱਧਾ ਅਤੇ ਸਾਫ਼ ਅਤੇ ਸੁਥਰਾ, ਨਾ ਕਿਸੇ ਨਾਲ ਰੌਲਾ, ਨਾ ਕਿਸੇ ਨਾਲ ਲੰਬਾ। ਵੀਡੀਓ ਚੰਗੀ ਲੱਗੀ ਅਤੇ ਤਾੜੀ